ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਖਿਲਾਫ ਬਾਗੀ ਸੁਰ ਉੱਠੇ ਨੇ। ਇਹ ਸੁਰ ਨਵਜੋਤ ਸਿੰਘ ਸਿੱਧੂ ਦੇ ਧੜੇ ਵੱਲੋਂ ਉਠਾਏ ਗਏ ਨੇ। ਸਿੱਧੂ ਦੇ ਖਾਸਮ ਖਾਸ ਹਰਵਿੰਦਰ ਸਿੰਘ ਲਾਡੀ ਨੇ ਸਾਫ਼ ਕੀਤਾ ਕਿ ਉਹ ਕਾਂਗਰਸੀ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਉਹਨਾਂ ਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਨਹੀਂ ਹੁੰਦੀ। ਇੱਕ ਪਾਸੇ ਰਾਜਾ ਵੜਿੰਗ ਦੇ ਵੱਲੋਂ ਲਾਡੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦਾ ਪੱਤਰ ਜਾਰੀ ਕੀਤਾ ਸੀ। ਹੁਣ ਉਹ ਪੁੱਛਣਾ ਚਾਹੁੰਦੇ ਨੇ ਕਿ ਉਹ ਕਾਂਗਰਸ ਦੇ ਵਿੱਚ ਨੇ ਜਾਂ ਨਹੀਂ। ਉੱਧਰ ਖੁਸ਼ਬਾਜ ਸਿੰਘ ਜਟਾਣਾ ਦੇ ਵੱਲੋਂ ਵੀ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ, ਜਿਨ੍ਹਾਂ ਨੇ ਜੀਤ ਮਹਿੰਦਰ ਸਿੰਘ ਸਿੱਧੂ ਦੀ ਟਿਕਟ ਦਾ ਵਿਰੋਧ ਕੀਤਾ ਸੀ ਔਰ ਖੁਦ ਦਾਅਵੇਦਾਰੀ ਠੋਕੀ ਸੀ। ਤਾਂ ਲਗਾਤਾਰ ਕਾਂਗਰਸ ਦੇ ਵਿੱਚ ਹਾਲੇ ਵੀ ਧੜੇਬੰਦੀ ਬਰਕਰਾਰ ਹੈ ਔਰ ਉਮੀਦਵਾਰਾਂ ਦਾ ਕਿਤੇ ਨਾ ਕਿਤੇ ਅੰਦਰ ਖਾਤੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ। ਸਾਨੂੰ ਰਾਤ ਨੂੰ 12 ਵਜੇ ਲੋੜ ਪੈਂਦੀ ਹੈ ਤਾਂ ਅਸੀਂ ਬਾਈ ਨੂੰ ਫੋਨ ਕਰਦੇ ਹਾਂ ਤੇ ਫਿਰ ਇਹਦੇ ਕੋਈ ਸੁਣਵਾਈ ਨਹੀਂ। ਕੀ ਮਿਹਨਤ ਕਰੂਗਾ? ਮਿਹਨਤ ਇਹਨੇ ਥੋੜ੍ਹੀ ਕਰੀ ਹੈ, ਜਦੋਂ ਅੱਗ ਮੱਚਦੀ ਸੀ ਉਦੋਂ ਤਾਂ ਕੋਈ ਆਇਆ ਨਹੀਂ ਹੈ। ਫਿਰ ਝੋਲਾ ਚੱਕ ਕੇ ਵੀ ਭਾਈ ਮੈਂ ਹੁਣ ਸ਼ਾਮਲ, ਉਦੋਂ ਤਾਂ ਅਹੁਦੇ ਲੈ ਕੇ ਜਿੱਤ ਕੇ ਕਾਂਗਰਸੀ ਬੋਰਡ 'ਤੇ ਜਿੱਤ ਜਿੱਤ ਕੇ ਵੀ ਭੱਜ ਗਏ ਅਤੇ ਫਿਰ ਹੁਣ ਇਹ ਕਿੱਥੋਂ ਨਾ ਇਨਸਾਫ ਹੈ? ਅਸੀਂ ਤਾਂ ਬਾਈ ਦੇ ਨਾਲ ਖੜੇ ਹਾਂ, ਅਸੀਂ ਤਾਂ ਰਾਜੇ ਵੜਿੰਗ ਨੂੰ ਵੀ ਕਹਿਣਾ ਚਾਹੁੰਦੇ ਹਾਂ, ਬਾਜਪੇ ਨੂੰ ਵੀ ਕਹਿਣੇ ਹਾਂ ਵੀ ਅਸੀਂ ਤਾਂ ਭਾਈ ਜਿਹੜਾ ਸਾਡਾ ਸੇਵਕ ਹੈ ਇਹਦੇ ਨਾਲ ਖੜੇ ਹਾਂ। ਜਿਵੇਂ ਇਹ ਕਹੂਗਾ, ਆਹ ਸਾਡੇ ਪਿੰਡ ਦੀ ਸਾਰੀ ਟੀਮ ਖੜੀ ਹੈ, ਮੈਂ ਜ਼ਿੰਮੇਵਾਰੀ ਲੈਂਦੇ, ਜਿਵੇਂ ਇਹ ਕਹੂਗਾ ਇਹਦੇ ਨਾਲ ਖੜੇ ਹਾਂ, ਸਾਡਾ ਕੋਈ ਮਤਲਬ ਨਹੀਂ ਪਾਰਟੀ ਕੋਲ, ਅਸੀਂ ਕਾਨੂੰਨ ਨਾਲ ਖੜੇ ਹਾਂ। ਜੇ ਇਹ ਕਹੂਗਾ ਇੱਥੇ ਖੜੇ ਇੱਥੇ ਖੜੇ ਹਾਂ, ਜੇ ਉਹ ਕਹੂਗਾ ਆਪਣੇ ਨਾਲ ਕੀ ਹੋਊਗਾ ਤੇ ਇਹਦੇ ਨਾਲ ਹੀ ਹੈ ਬਾਈ। ਸਾਡੇ ਅੰਦਰ ਤਾਂ ਸਾਡੇ ਦਿਲ 'ਚ ਵੀ ਭੜਾਸ ਹੈ, ਜਿਹੜੇ ਥੋੜ੍ਹੀ ਹੈ ਜਦੋਂ ਜੀਕਰ ਤੁਸੀਂ ਫੈਸਲਾ ਕਰ ਲਓ, ਸਾਡੇ ਤੋਂ ਥੋਪਦੇ ਯਾਰ, ਜਿਹੜਾ ਜੀਕਰ ਦਾ ਫੈਸਲਾ ਥੋਪਦੇ ਸਾਡੇ 'ਤੇ, ਪਹਿਲਾਂ ਹੀ ਪਹਿਲਾਂ ਚੱਕ ਲਿਆ ਆਹ ਤੁਹਾਡਾ ਹਲਕਾ ਜੀ, ਆਹ ਫਲਾਨਾ ਹਲਕਾ ਬਦਲਦਾ, ਇਹ ਕੋਈ ਗੱਲ ਹੈ ਯਾਰ? ਅਸੀਂ ਕਾਹਦੇ ਵਾਸਤੇ ਇਹ ਕਾਹਦੇ ਵਾਸਤੇ ਦਰਗਾਹ ਵਿਛਾਉਂਦੇ, ਅਸੀਂ ਕਾਹਦੇ ਵਾਸਤੇ ਦਰਗਾਹ ਵਿਛਾਉਂਦੇ ਹਾਂ? ਤੇ ਫਿਰ ਲੋੜ ਹੀ ਨਹੀਂ ਬਈ, ਜਿਹੜਾ ਕੋਈ ਮਾੜਾ ਜਿਹਾ ਸਰਪਾ ਆਇਆ ਕਰੂ ਉਹਦੀ ਫੜਿਆ ਕਰੋ, ਬਾਂਹ ਤੇ ਸਾਡੇ 'ਤੇ ਧੱਕਿਆ ਕਰੋਗੇ? ਅਸੀਂ ਅਗੇਂਸਟ ਨਹੀਂ ਹੋਏ ਜੀ। ਅਸੀਂ ਤਾਂ ਦੇਖੋ ਗੱਲ ਇਹ ਆ ਵੀ ਅਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਆ, ਕਾਂਗਰਸ ਪਾਰਟੀ ਦੇ ਵਿੱਚ ਹਨ। ਅਤੇ ਨਵਜੋਤ ਸਿੱਧੂ ਜੀ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਪਹਿਲਾਂ ਉਹਨਾਂ ਨੇ ਸਾਰੇ ਪੰਜਾਬ 'ਚ ਰੈਲੀਆਂ ਸ਼ੁਰੂ ਕੀਤੀਆਂ ਸੀ ਪਾਰਲੀਮੈਂਟ ਚੋਣਾਂ ਕਰਕੇ, ਔਰ ਉਹਨਾਂ ਨੇ 4 ਰੈਲੀਆਂ ਕੀਤੀਆਂ ਸੀ। ਫਿਰ ਹਾਈਕਮਾਂਡ ਨੇ ਦਵਿੰਦਰ ਯਾਦਵ ਜੀ ਨੇ ਰੋਕਤਾ ਸੀਗਾ। ਸਿੱਧੂ ਸਾਹਿਬ ਕਹਿੰਦੇ ਵੀ ਮੇਰੀਆਂ 2 ਕਰ ਲਈਆਂ, 2 ਰੈਲੀਆਂ ਰਹਿ ਗਈਆਂ, ਉਸ ਤੋਂ ਬਾਅਦ ਮੈਂ ਅਸੀਂ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣਾ। ਅਤੇ ਯਾਦਵ ਸਾਹਿਬ ਕਹਿੰਦੇ ਵੀ ਤੁਸੀਂ 2 ਰੈਲੀਆਂ ਕਰ ਲਓ, ਕਰਨ ਤੋਂ ਬਾਅਦ ਤੁਸੀਂ ਹੋਰ ਰੈਲੀ ਨਾ ਕਰਿਓ। ਅਸੀਂ ਰਾਜੇ ਵੜਿੰਗ ਦੀ ਪ੍ਰਧਾਨ ਦੀ ਅਸੀਂ ਯਾਤਰਾ ਕਢਾਉਣੀ ਆ, ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨੀ ਆ। ਸਿੱਧੂ ਸਾਹਿਬ ਕਹਿੰਦੇ ਠੀਕ ਆ ਵੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ 2 ਰੈਲੀਆਂ ਕਰਨ ਤੋਂ ਬਾਅਦ ਮੈਂ ਕੋਈ ਰੈਲੀ ਨਹੀਂ ਕਰੂੰਗਾ। ਔਰ ਸਿੱਧੂ ਸਾਹਿਬ ਨੇ ਅੱਜ ਤੱਕ ਹਾਈਕਮਾਂਡ ਦਾ ਜੋ ਹੁਕਮ ਸੀ ਉਹਨੂੰ ਮੰਨਿਆ। ਲੇਕਿਨ ਉਹ ਰੈਲੀਆਂ ਦੇ ਦੌਰਾਨ ਜਿਹੜੇ ਬੰਦੇ ਨੇ ਰੈਲੀਆਂ ਕੀਤੀਆਂ, 10-10 ਹਜ਼ਾਰ, 15-15 ਹਜ਼ਾਰ ਬੰਦਾ ਇਕੱਠਾ ਕੀਤਾ, ਅੱਗੇ ਤੁਸੀਂ ਤਾਂ ਸਾਡੇ ਪਾਰਟੀ ਦੇ ਮੈਂਬਰ ਨਹੀਂ, ਤੁਹਾਨੂੰ ਅਸੀਂ ਪਾਰਟੀ 'ਚੋਂ ਕੱਢਤਾ। ਅਤੇ ਹੁਣ ਗੱਲ ਇਹ ਆ ਵੀ ਜੇ ਸਾਨੂੰ ਪਾਰਟੀ 'ਚੋਂ ਕੱਢਤਾ ਤਾਂ ਫਿਰ ਅਸੀਂ ਪ੍ਰਚਾਰ ਕਿਵੇਂ ਕਰਾਂਗੇ? ਮੇਰੇ ਖਾਤਰ ਹਾਂ, ਮੇਰੇ ਵੀ ਵਿਰੋਧੀ ਨੇ ਚਿੱਠੀ ਜਾਰੀ ਕੀਤੀ ਹੈ ਪਿਛਲੇ ਜੇ, ਬਲਕਿ 1.25 ਸਾਲ ਪੁਰਾਣੀ ਚਿੱਠੀ ਹੈ ਜਾਰੀ ਹੁਣ ਕੀਤੀ ਹੈ। ਪਰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜੇ ਹੁਣ ਅਸੀਂ ਪਾਰਟੀ 'ਚੋਂ ਕੱਢੇ ਹੋਏ ਹਾਂ ਤਾਂ ਫਿਰ ਉਹ ਅਸੀਂ ਕਾਂਗਰਸ ਪਾਰਟੀ ਅਸੀਂ ਪ੍ਰਚਾਰ ਕਿਵੇਂ ਕਰਾਂਗੇ? ਜੇ ਤੁਸੀਂ ਹੁਣ ਮੈਨੂੰ ਖਹਿਰਾ ਸਾਹਿਬ ਦਾ, ਜੀਤ ਮਹਿੰਦਰ ਦਾ, ਦਵਿੰਦਰ ਯਾਦਵੀ ਦਾ ਉੱਤੋਂ ਸਾਰਿਆਂ ਦੇ ਮੈਸੇਜ ਲੱਗੇ ਆ, ਮੇਰੇ ਫੋਨ 'ਤੇ ਗੱਲ ਵੀ ਹੋਈ ਆ ਵੀ ਅਸੀਂ ਤੁਹਾਨੂੰ ਸਾਰਿਆਂ ਨੂੰ ਕਾਂਗਰਸ ਪਾਰਟੀ 'ਚ ਵਾਪਸ ਲੈ ਲੈਂਦੇ ਹਾਂ, ਅਸੀਂ ਕਿਹਾ ਵੀ ਠੀਕ ਆ ਅਸੀਂ ਸਾਰੇ ਕਾਂਗਰਸ ਪਾਰਟੀ 'ਚ ਵਾਪਸ ਆਉਣ ਨੂੰ ਤਿਆਰ ਹਾਂ। ਪਰ ਸਾਡਾ ਵੀ ਕੋਈ ਮਾਣ ਸਤਿਕਾਰ ਆ ਵੀ ਸਾਨੂੰ ਵੀ ਹੁਣ ਤੁਸੀਂ ਅੱਜ ਕੱਢ ਤਾਂ ਕੱਲ੍ਹ ਨੂੰ ਫਿਰ ਕੱਢ ਦਿਓਗੇ ਵੀ ਅਸੀਂ ਰਾਹੁਲ ਗਾਂਧੀ ਦੀ ਹਾਜ਼ਰੀ 'ਚ ਹੋਵਾਂਗੇ ਤੁਹਾਡੇ ਨਾਲ ਸ਼ਾਮਲ। ਹੁਣ ਪ੍ਰਚਾਰ ਕਰੋਗੇ ਕਾਂਗਰਸ ਉਮੀਦਵਾਰ? ਅਸੀਂ ਕਾਂਗਰਸ ਉਮੀਦਵਾਰ ਦਾ ਪ੍ਰਚਾਰ ਕਰਾਂਗੇ, ਸ਼ਾਮਲ ਹੋਵਾਂਗੇ ਜੀ। ਸਾਨੂੰ ਰਾਹੁਲ ਗਾਂਧੀ ਦੀ ਹਾਜ਼ਰੀ 'ਚ ਅਸੀਂ ਇਹ ਵੀ ਰਾਜਾ ਵੜਿੰਗ ਵੀ ਹੋਵੇ, ਬਾਜਵਾ ਸਾਹਿਬ ਵੀ, ਹੁਣ ਸਿੱਧੂ ਸਾਹਿਬ ਨੂੰ ਬੁਲਾਉਣ, ਅਸੀਂ ਸਾਰੇ ਅਸੀਂ ਇਕੱਲੇ ਨਹੀਂ, ਅਸੀਂ 15 ਵੀ ਬੰਦੇ ਹਾਂ।
ਸਾਡੇ 'ਚੋਂ 8-10 ਤਾਂ ਸਾਬਕਾ ਐਮ ਐਲ ਏ ਆ, ਕੁਛ ਹਲਕਾ ਇੰਚਾਰਜ ਨੇ, ਕੁਛ ਜ਼ਿਲ੍ਹਿਆਂ ਦੇ ਪ੍ਰਧਾਨ ਸੀਗੇ। ਜੇ ਰਾਹੁਲ ਜੀ ਕਹਿਣਗੇ ਉਹਨਾਂ ਨੂੰ ਸਾਡੀ ਲੋੜ ਹੈਗੀ ਆ ਤਾਂ ਅਸੀਂ ਉਹਨਾਂ ਦੀ ਹਾਇਤ ਸਾਨੂੰ ਦਿੱਲੀ ਸੱਦ ਲੈਣਾ, ਅਸੀਂ ਉੱਥੇ ਉਹਨਾਂ ਦੀ ਹਾਰੀ ਸ਼ਾਮਿਲ ਹੋ ਜਾਣਗੇ। ਉਹ ਤਾਂ ਖੁਸ਼ਵਾਰ ਜਟਾਣੇ ਜੱਟ ਦੱਸ ਸਕਦਾ ਗਾ। ਦੂਜੀ ਗੱਲ, ਹੁਣ ਸਾਰਿਆਂ ਨੂੰ ਅੱਜ ਸਿੱਧੂ ਸਾਹਿਬ ਦੀ ਲੋੜ ਪੈ ਗਈ। ਦੇਖੋ ਜੀਤ ਮਹਿੰਦਰ ਜੀ ਨੇ ਵੀ ਸਿੱਧੂ ਸਾਹਿਬ ਨੂੰ ਕਈ ਫੋਨ ਕੀਤੇ ਆ, ਮੇਰੇ ਰੈਲੀ ਕਰਕੇ ਜਾਓ ਜੀ, ਅਤੇ ਖਹਿਰਾ ਸਾਹਿਬ ਕਹਿੰਦੇ ਮੇਰੇ ਕਰਕੇ ਜਾਓ, ਗਾਂਧੀ ਸਾਹਿਬ ਆ ਪਟਿਆਲੇ ਤੋਂ ਕਹਿੰਦੇ ਮੈਨੂੰ ਸਾਨੂੰ ਰੈਲੀ ਦੀ ਲੋੜ ਆ, ਅਤੇ ਜਿਹੜੇ ਆਪਣੇ ਹੈਗੇ ਔਜਲਾ ਸਾਹਿਬ ਕਹਿੰਦੇ ਵੀ ਮੇਰੇ ਅੰਮ੍ਰਿਤਸਰ ਆਓ ਰੈਲੀ ਕਰਨ, ਅਤੇ ਜਿਹੜੇ ਆਪਣੇ ਹੈਗੇ ਨੇ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਜੀ, ਉਹ ਕਹਿੰਦੇ ਵੀ ਸਾਡੇ ਰੈਲੀ ਕਰਕੇ ਜਾਓ। ਜਦੋਂ ਸਿੱਧੂ ਰੈਲੀ ਕਰਦਾ ਸੀ ਉਦੋਂ ਤਾਂ ਕੋਈ ਰੈਲੀ ਤੁਸੀਂ ਸਾਡੀ ਰੈਲੀ 'ਚ ਆਏ ਨਹੀਂ। ਜੇ ਤੁਹਾਨੂੰ ਅੱਜ ਰੈਲੀਆਂ ਦੀ ਲੋੜ ਆ, ਰਾਜੇ ਬਣੇ ਕਹਿੰਦੇ ਅਤੇ ਬਾਜਵਾ ਸਾਹਿਬ ਨੇ ਬੰਦ ਕਰਾਈਆਂ ਸੀ ਉਦੋਂ, ਅਤੇ ਤੁਸੀਂ ਜਾਓ ਸਿੱਧੂ ਸਾਹਿਬ ਕੋਲ, ਰਾਜੇ ਬਣੇ ਜਾਵੇ ਅਤੇ ਬਾਜਵਾ ਸਾਹਿਬ ਜਾਣ ਸਿੱਧੂ ਸਾਹਿਬ ਨੂੰ ਕਹਿਣ। ਨਹੀਂ ਇੱਥੇ ਕੋਈ ਕੋਸ਼ਿਸ਼ ਨਹੀਂ ਕੀਤੀ, ਸਿੱਧੂ ਸਾਹਿਬ ਕੋਲ ਜਾਣ ਕਿ ਪੰਜਾਬ ਦੇ ਲੋਕ ਤੁਹਾਨੂੰ ਚਾਹੁੰਦੇ, ਤੁਹਾਡੀਆਂ ਰੈਲੀਆਂ ਦੀ ਲੋੜ ਆ, ਰਾਹੁਲ ਜੀ ਹੁਕਮ ਕਰਨ ਅਤੇ ਸਿੱਧੂ ਸਾਹਿਬ ਰੈਲੀਆਂ ਕਰ ਦੇਣਗੇ। ਬਾਕੀ ਸਿੱਧੂ ਸਾਹਿਬ ਦਾ ਇਹ ਵੀ ਹੁਣ ਆਈ ਪੀ ਐੱਲ ਦੇ ਨਾਲ ਕੰਟੈਕਟ ਹੋਇਆ ਪਿਆ, ਉਹ ਫਰੀ ਤਾਂ ਹੈ ਨਹੀਂ ਗੇ, ਉਹਨਾਂ ਕੋਲ ਜਦੋਂ ਟਾਈਮ ਹੋਇਆ ਕਰੂਗਾ ਉਹ ਰੈਲੀਆਂ ਕਰਦਿਆ ਕਰਨਗੇ। ਹੁਣ ਉਹ 24-25 ਨੂੰ ਸਵਾਲ ਮੇਰਾ ਇਹ ਵੀ ਨਾਲ ਨਹੀਂ ਤੁਰੋਗੇ ਪਾਰਟੀ ਦੇ, ਪ੍ਰਚਾਰ ਨਹੀਂ ਕਰੋਗੇ? ਬਿਲਕੁਲ ਨਹੀਂ ਕਰਾਂਗੇ ਜੀ, ਜਿੰਨਾ ਚਿਰ ਮਾਣ ਸਤਿਕਾਰ ਦੇ ਨਾਲ ਸਾਰੇ ਬੰਦੇ ਬਹਾਲ ਨਹੀਂ ਹੋ ਸਕਦੇ। ਔਰ ਨਵਜੋਤ ਸਿੱਧੂ ਵੀ ਪ੍ਰਚਾਰ ਫੇਰੀ ਕਰਨਗੇ, ਇਹ ਹੁਣ ਰਾਜਾ ਬਣੇਗੇ ਅਤੇ ਜਾਣ ਉਹਨਾਂ ਕੋਲ। ਪਹਿਲਾਂ ਕਹਿੰਦੇ ਰੈਲੀਆਂ ਰੋਕਦੇ ਸੀ, ਉਹਨਾਂ ਨੂੰ ਕਹਿਣ ਵੀ ਭਾਈ ਰੈਲੀਆਂ ਕਰੋ, ਰਾਹੁਲ ਜੀ ਹੁਕਮ ਕਰਨ। ਨਵਜੋਤ ਨਹੀਂ, ਮੀਟਿੰਗ ਸਾਡੀ ਹੋਈ ਸੀ, ਅਸੀਂ ਤਾਂ ਬੀਬਾ ਜੀ ਦਾ, ਉਹਨਾਂ ਦੀ ਵਾਈਫ ਜੀ ਦਾ ਆਪਣੇ ਪਤਾ ਲੈਣ ਗਏ ਸੀਗੇ, ਅਤੇ ਉੱਥੇ ਫਿਰ ਸਿਆਸੀ ਗੱਲਾਂ ਵੀ ਹੁੰਦੀਆਂ ਨੇ, ਸਿਆਸੀ ਗੱਲਾਂ ਵੀ ਫਿਰ ਇਹੀ ਗੱਲਾਂ ਹੋਈਆਂ ਸੀ ਸਾਰੀਆਂ। ਦੇਖੋ ਜੀ, ਅੱਜ ਮੈਂ ਸਮੁੱਚੀ ਆਪਦੀ ਕਾਂਗਰਸ ਦੀ ਬਠਿੰਡਾ ਸਿਟੀ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਅਸੀਂ ਸਭ ਤੋਂ ਪਹਿਲਾਂ ਤਾਂ ਕਿਲ੍ਹੇ ਦੇ ਗੁਰਦੁਆਰਾ ਸਾਹਿਬ ਗਏ ਹਾਂ, ਉੱਥੇ ਅਰਦਾਸ ਕੀਤੀ ਹੈ ਕਿ ਇਸ ਇਲੈਕਸ਼ਨ ਵਿੱਚ ਕਾਂਗਰਸ ਪਾਰਟੀ ਦੀ, ਜਿਹਦਾ ਮੈਂ ਉਮੀਦਵਾਰ ਬਣ ਕੇ ਇੱਥੇ ਤੁਹਾਡੇ ਵਿਚਕਾਰ ਆਇਆ, ਚੜ੍ਹਦੀ ਕਲਾ ਹੋਵੇ ਅਤੇ ਵਧੀਆ ਤਰੀਕੇ ਨਾਲ ਸਾਰੇ ਰਲ ਮਿਲ ਕੇ ਇੱਕਜੁੱਟ ਹੋ ਕੇ ਮਿਹਨਤ ਕਰਕੇ ਇਹ ਸੀਟ ਕਾਂਗਰਸ ਦੀ ਝੋਲੀ ਵਿੱਚ ਪਾਈਏ। ਉਸ ਤੋਂ ਬਾਅਦ ਅੱਜ ਅਸੀਂ ਪ੍ਰਾਚੀਨ ਮੰਦਰ ਬਜਰੰਗ ਬਲੀ ਜੀ ਦੇ ਇੱਥੇ ਪਹੁੰਚੇ ਹਾਂ, ਪੋਸਟ ਆਫਿਸ ਬਾਜ਼ਾਰ ਜਿੱਥੇ ਆਸ਼ੀਰਵਾਦ ਲਿੱਤਾ। ਮੈਂ ਸਮਝਦਾ ਕਿ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਹਰ ਵਾਰ ਹਰ ਕੋਈ ਜਾ ਕੇ ਰੱਬ ਕੋਲ, ਭਗਵਾਨ ਕੋਲ, ਈਸ਼ਵਰ ਕੋਲ, ਮੈਂ ਕਹਿੰਦਾ ਕਿ ਫਰਿਆਦ ਕਰਦਾ, ਆਸ਼ੀਰਵਾਦ ਲੈਂਦਾ। ਸੋ ਉਹ ਅੱਜ ਅਸੀਂ ਇੱਥੇ ਕੀਤਾ ਹੈ, ਅਤੇ ਮੈਂ ਖਾਸ ਕਰਕੇ ਧੰਨਵਾਦੀ ਹਾਂ ਮੇਰੀ ਸਮੁੱਚੀ ਕਾਂਗਰਸ ਦੀ ਟੀਮ ਦਾ ਇੱਥੇ ਬਠਿੰਡੇ ਸ਼ਹਿਰ ਦੀ, ਜਿਹਨੇ ਜਿੱਦਣ ਤੋਂ ਮੇਰਾ ਟਿਕਟ ਐਲਾਨ ਹੋਇਆ ਉੱਦਣ ਤੋਂ ਹੀ ਆਪਦੇ ਕਮਰ ਕੱਸੇ ਕੱਸ ਕੇ ਇਹਨਾਂ ਨੇ ਆਪਦਾ ਪ੍ਰਚਾਰ ਸ਼ੁਰੂ ਕੀਤਾ ਹੈ। ਅਤੇ ਮੇਰਾ ਖਿਆਲ ਹੈ ਜਿਹੇ ਜਿਹਾ ਰਿਸਪੋਂਸ ਮੈਨੂੰ ਮਿਲਿਆ ਬਠਿੰਡੇ ਸ਼ਹਿਰ 'ਚੋਂ ਅਤੇ ਵੱਖ ਵੱਖ ਮੰਡੀਆਂ 'ਚ ਜਾਂ ਮੈਂ ਪਿੰਡਾਂ 'ਚ ਜਿੱਥੇ ਆਪਦੇ ਵਰਕਰਾਂ ਨੂੰ ਮਿਲਣ ਗਿਆ, ਮੈਂ ਸਮਝਦਾ ਕਿ ਅਸੀਂ ਬਹੁਤ ਵੱਡੀ ਜਿੱਤ ਵਾਲੇ ਪਾਸੇ ਜਾ ਰਹੇ ਹਾਂ। ਲਾਡੀ ਹੋ ਗਿਆ ਅਤੇ ਦੂਸਰੇ ਹੋਰ ਲੋਕ ਮਾਫ ਕਰਨਾ, ਅੱਜ ਅਸੀਂ ਸਿਰਫ ਧਾਰਮਿਕ ਸਥਾਨਾਂ 'ਤੇ ਆਏ ਹਾਂ ਸਿਆਸੀ ਗੱਲਾਂ ਕਰਨ ਨੂੰ। ਮੁੱਦਿਆਂ ਸਾਰੀ ਕਾਂਗਰਸ ਇਕੱਠੀ ਹੈ ਜੀ, ਕੋਈ ਕਿਸੇ 'ਚ ਮਤਭੇਦ ਨਹੀਂ ਹੈ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਕ ਇੱਕ ਕਾਂਗਰਸ ਦਾ ਲੀਡਰ, ਇੱਕ ਇੱਕ ਕਾਂਗਰਸ ਦਾ ਵਰਕਰ ਮੋਢੇ ਨਾਲ ਮੋਢਾ ਲਾ ਕੇ ਇੱਕ ਤੋਂ ਅੱਗੇ ਹੋ ਕੇ ਕਾਂਗਰਸ ਵਾਸਤੇ ਅਤੇ ਮੇਰੇ ਵਾਸਤੇ ਕੰਮ ਕਰਨ। ਮੈਂ ਕਹਿ ਤਾ ਤੁਹਾਨੂੰ ਸਾਰੇ ਇਕੱਠੇ ਹੋਣਗੇ ਜੀ, ਇਕੱਠੇ ਹੋਣਗੇ।